ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀਐਡ ਦੇ ਸੈਮ 1 ਦੇ ਐਗਜ਼ਾਮ ਹੋਣ ਦੀ ਜੋ ਡੇਟ ਦੱਸੀ ਗਈ ਹੈ ਉਹ ਲਗਭਗ 8 ਜਨਵਰੀ ਹੈ ਅ ਦੂਸਰੀਆਂ ਯੂਨੀਵਰਸਟੀਆਂ ਮੁਤਾਬਕ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 10 ਜਨਵਰੀ ਦੇ ਕਰੀਬ ਦੱਸੀ ਜਾ ਰਹੀ ਹੈ ਔਰ ਗੁਨਾਣਕ ਦੇ ਯੂਨੀਵਰਸਿਟੀ ਦੀ 20 ਜਨ ਦੇ ਕਾਰਨ ਇਹ ਹੈ ਕਿ ਕਿਉਂਕਿ ਇਹ ਸੈਸ਼ਨ ਲੇਟ ਸ਼ੁਰੂ ਹੋ ਜਾਂਦਾ ਹੈ ਐਡਮਿਸ਼ਨ ਲੇਟ ਹੋ ਜਾਂਦੀ ਹੈ ਉਸ ਦੇ ਕਾਰਨ ਇਹ ਹੁੰਦਾ ਹੈ ਜੇਕਰ ਤੁਸੀਂ ਡੇਟਸ਼ੀਟ ਦੇਖਣੀ ਹੈ pu.datasheet uh, uh, 2023 ਵਿੱਚ ਜਾ ਕੇ ਦੇਖ ਸਕਦੇ ਹੋ ਥੈਂਕ ਯੂ